ਦੇ YouTube ਚੈਨਲ ਦੇ ਉੱਪਰ ਅੱਜ ਅਸੀਂ ਗੱਲ ਕਰਾਂਗੇ ਪੰਜਾਬੀ ਦੀ ਇੱਕ ਅਜਿਹੇ ਸ਼ਾਇਰ ਤੇ ਬਾਰੇ ਜਿਸ ਨੂੰ ਕਿ ਪੰਜਾਬੀ ਸਾਹਿਤ ਦੇ ਵਿੱਚ ਸਭ ਤੋਂ ਵੱਧ ਪੜਿਆ ਜਾਂਦਾ ਤੇ ਸਭ ਤੋਂ ਵੱਧ ਸੁਣਿਆ ਜਾਂਦਾ ਜਿਸ ਨੂੰ ਕਿ ਬਿਰਹਾ ਦਾ ਸੁਲਤਾਨ ਕਹਿ ਕੇ ਨਵਾਜਿਆ ਗਿਆ ਸ਼ੇਖ ਕੁਮਾਰ ਬਟਾਲਵੀ ਦੇ ਬਾਰੇ ਗੱਲ ਕਰਾਂਗੇ ਸ਼ੇਖ ਕੁਮਾਰ ਦਾ ਆਧੁਨਿਕ ਪੰਜਾਬੀ ਕਵਿਤਾ ਵਿੱਚ ਸਥਾਨ ਬੜਾ ਆਦਰਯੋਗ ਤੇ ਵਿਸ਼ੇਸ਼ ਹੈ ਤੇ ਉਹ ਕਵਿਤਾ ਤੇ ਤੇ ਸ਼ਿਲਪ ਤੇ ਭਾਸ਼ਾ ਦੀ ਵਰਤੋਂ ਦੀ ਪਾਸ਼ਾ ਦੀ ਸੁੰਦਰ ਵਰਤੋ ਅਤੇ ਆਪਣੀ ਪ੍ਰਗੀਤਿਕ ਮਦਦਤਾ ਦੇ ਕਾਰਨ ਆਪਣੇ ਜੁਗ ਦਾ ਇੱਕ ਲੋਕਪ੍ਰੀਏ ਕਵੀ ਬਣ ਗਿਆ ਹੈ। ਸ਼ਿਵ ਕੁਮਾਰ ਦਾ ਜਨਮ 23 ਜੁਲਾਈ 1936 ਨੂੰ ਜੰਮੂ ਕਸ਼ਮੀਰ ਦੀ ਹੱਦ ਨਾਲ ਲੱਗਦੇ ਸ਼ੱਕਰਗੜ ਤਹਿਸੀਲ ਦੇ ਪਿੰਡ ਲੋਈਆ ਲੋਹਤੀਆ ਜੋ ਅੱਜਕੱਲ ਪਾਕਿਸਤਾਨ ਦੇ ਵਿੱਚ ਹੈ ਉੱਥੇ ਹੁੰਦਾਗਾ ਤੇ ਮੁਲਕ ਦੀ ਵੰਡ ਤੋਂ ਪਹਿਲਾਂ ਇਹ ਗੁਰਦਾਸਪੁਰ ਜ਼ਿਲ੍ਹੇ ਦਾ ਇੱਕ ਪਿੰਡ ਸੀ ਤੇ ਉਸਦੇ ਪਿਤਾ ਪੰਡਿਤ ਕ੍ਰਿਸ਼ਨ ਗੋਪਾਲ ਮਾਲ ਮਹਿਕਮੇ ਵਿੱਚ ਪਟਵਾਰੀ ਰਹੇ ਬਾਅਦ ਵਿੱਚ ਕਨਗੋ ਤੇ ਸੇਵਾ ਮੁਕਤੀ ਬਲੇ ਪਟਵਾਰ ਸਕੂਲ ਬਟਾਲਾ ਦੇ ਪ੍ਰਿੰਸੀਪਲ ਰਹੇ ਸਨ ਤੇ ਉਹਨਾਂ ਦੀ ਮਾਤਾ ਸ਼੍ਰੀਮਤੀ ਸ਼ਾਂਤੀ ਦੇਵੀ ਦੀ ਆਵਾਜ਼ ਬਹੁਤ ਸ਼੍ਰੀਲੀ ਸੀਤੀ ਉਹੀ ਸ਼੍ਰੀਲਾ ਪੰਚਿਵ ਦੀ ਆਵਾਜ਼ ਦੇ ਵਿੱਚ ਵੀ ਸਾਨੂੰ ਨਜ਼ਰ ਆਉਂਦਾ ਤੇ ਵਿਦਿਆ ਤੇ ਨੌਕਰੀ ਦੀ ਗੱਲ ਕਰੀ ਤਾਂ ਸ਼ੇਖ ਕੁਮਾਰ ਨੇ ਮੁੱਢਲੀ ਪੜ੍ਹਾਈ ਬੜਾ ਪਿੰਡ ਲੋਤੀਆ ਦੇ ਪ੍ਰਾਇਮਰੀ ਸਕੂਲ ਦੇੋਂ ਹਾਸਲ ਹਾਸਲ ਕੀਤੀ ਸੇ 1953 ਵਿੱਚ ਸ਼ਿਵ ਨੇ ਸਾਲਵੇਸ਼ਨ ਆਰਮੀ ਸਕੂਲ ਹਾਈ ਸਕੂਲ ਬਟਾਲਾ ਤੋਂ 10ਵੀਂ ਪਾਸ ਕੀਤੀ ਤੇ ਉਸਦੇ ਪਿਤਾ ਉਸ ਨੂੰ ਚੰਗਾ ਪੜਾ ਲਿਖਿਆ ਲਿਖਾ ਕੇ ਉੱਚ ਵਿਦਿਆ ਦਿਵਾ ਕੇ ਇੱਕ ਕਾਰੋਬਾਰੀ ਵਿਅਕਤੀ ਬਣਾਉਣਾ ਚਾਹੁੰਦੇ ਸਨ ਪਰ ਉਹਨਾਂ ਨੂੰ ਨਿਰਾਸ਼ਾ ਹੋਈ ਕਿਉਂਕਿ ਸ਼ਿਵ ਕੁਮਾਰ ਦਾ ਚੁਕਾ ਕਿਸੇ ਹੋਰ ਤੱਕ ਪੱਖ ਵੱਲ ਸੀ ਕਿਉਂਕਿ 10ਵੀਂ ਤੋਂ ਬਾਅਦ ਅਗਲੇ 2 ਸਾਲ ਦੌਰਾਨ ਬਿਨਾਂ ਕਿਸੇ ਡਿਗਰੀ ਪ੍ਰਾਪਤ ਕਰਨ ਦੇ ਉਸ ਨੇ ਤਿੰਨ ਕਾਲਜ ਬਦਲੇ ਪਹਿਲਾ ਬੈਰਿੰਗ ਜੂਨੀਅਰ ਕ੍ਰਿਸਚੀਅਨ ਕਾਲਜ ਬਟਾਲਾ ਦੇ ਵਿੱਚ ਐਫਐਸਸੀ ਵਿੱਚ ਦਾਖਲਾ ਲਿਆ ਤੇ ਇਮਤਿਹਾਨਾਂ ਤੋਂ ਪਹਿਲਾਂ ਛੱਡ ਦਿੱਤਾ ਫਿਰ ਨਾਬੇ ਜਾਂਦੇ ਨੇ ਨਾਬੇ ਸਰਕਾਰੀ ਰੂਪ ਦੇ ਮਨ ਕਾਲਜ ਦੇ ਵਿੱਚ ਦਾਖਲਾ ਹੋਇਆ ਪਰ ਕੁਝ ਹੀ ਮਹੀਨਿਆਂ ਪਿੱਛੋਂ ਮੁੜਾਇਆ ਤੇ 800 ਵਿਸ਼ਿਆਂ ਨਾਲ ਸਿੱਖ ਨੈਸ਼ਨਲ ਕਾਲਜ ਕਾਦੀਆਂ ਵਿੱਚ ਦਾਖਲਾ ਲੈ ਲਿਆ ਤੇ ਉੱਥੇ ਵੀ ਇਮਤਿਹਾਨ ਨਾ ਦਿੱਤਾ ਤੇ ਸਾਲ ਬਾਅਦ ਇਹ ਕਾਲ ਛੱਡ ਕੇ ਬੈਜਨਾਥ ਜ਼ਿਲ੍ਹਾ ਕਾਂਗੜਾ ਦੇ ਇੱਕ ਸਕੂਲ ਵਿੱਚ ਓਵਰਸੀਅਰ ਦੇ ਕੋਰਸ ਵਿੱਚ ਦਾਖਲਾ ਲੈ ਲਿਆ ਫਿਰ ਪਿਤਾ ਕਿਸ਼ਨ ਗੋਪਾਲ ਨੇ ਪੁੱਤ ਸ਼ਿਵ ਕੁਮਾਰ ਨੂੰ ਪਟਵਾਰੀ ਪਟਵਾਰੀ ਲਵਾ ਦਿੱਤਾ ਪਰ 1961 ਵਿੱਚ ਫਿਰ 1961 ਦੇ ਵਿੱਚ ਉਸ ਨੇ ਨੌਕਰੀ ਤੋਂ ਵੀ ਅਸਤੀਫਾ ਦੇ ਦਿੱਤਾ ਤੇ 1966 ਤੱਕ ਬੇਰਜਗਾਰ ਹੀ ਰਿਹਾ ਪਿਤਾ ਕੋਲੋਂ ਕੋਈ ਖਰਚਾ ਨਹੀਂ ਸੀ ਲੈਂਦਾ ਇਸ ਲਈ ਇਸ ਸਮੇਂ ਦੌਰਾਨ ਉਹ ਕਦੀ ਕਦਈ ਕਵੀ ਦਰਬਾਰਾਂ ਵਿੱਚ ਆਪਣੀਆਂ ਕਵਤਾਵਾਂ ਪੜਨਣ ਦੀ ਸੇਵਾ ਫਲਜਾਂ ਸਭ ਚੁੱਕੀਆਂ ਕਿਤਾਬਾਂ ਦੀ ਨਗੂਣੀ ਜੀ ਰਿਐਲਿਟੀ ਤੇ ਹੀ ਗੁਜ਼ਾਰਾ ਕਰਦਾ ਸੀ ਇਸ ਸਮੇਂ 92 ਹਫ਼ਤਾਵਾਂ ਮੈਂ ਲਿਖਣੀ ਸ਼ੁਰੂ ਕਰਤੀ ਸੀ ਤੇ ਕਵੀ ਦਰਬਾਰਾਂ ਤੇ ਕਿਤਾਬ ਦੇ ਵਿੱਚ ਕਿਤਾਬਾਂ ਪੜ੍ਹਨ ਲੱਗ ਗਿਆ ਸੀ ਤੇ ਕਿਤਾਬਾਂ ਵੀ ਛਪ ਚੁੱਕੀਆਂ ਸੀ। ਕਈ ਦਿਨ ਉਹ ਉਹ ਦੋਸਤਾਂ ਯਾਰਾਂ ਦੇ ਘਰ ਹੀ ਰਹਿੰਦਾ ਤੇ ਆਖਰ 1966 ਵਿੱਚ ਰੋਜੀ ਰੋਟੀ ਦੇ ਉਪਰਾਲੇ ਵਜੋਂ ਉਸ ਨੇ ਸਟੇਟ ਬੈਂਕ ਆਫ ਇੰਡੀਆ ਦੀ ਬਟਾਲਾ ਸ਼ਾਖਾ ਵਿੱਚ ਕਲਰਕ ਦੀ ਨੌਕਰੀ ਲੈ ਲਈ। ਵਿਆਹ ਦੀ ਗੱਲ ਕਰੀ ਤਾਂ 5 ਫਰਵਰੀ ਸਾਲ 1967 ਨੂੰ ਸ਼ਿਬ ਦਾ ਵਿਆਹ ਗੁਰਦਾਸਪੁਰ ਜ਼ਿਲ੍ਹੇ ਦੇ ਇੱਕ ਪਿੰਡ ਕੀੜੀ ਮੰਘਿਆਲ ਦੀ ਅਰੁਣਾ ਨਾਲ ਹੋ ਗਿਆ। ਉਸ ਦਾ ਵਿਵਹਤਾ ਜੀ ਨੂੰ ਬਹੁਤ ਖੁਸ਼ ਅਤੇ ਹਰ ਪੱਖੋਂ ਠੀਕ ਠਾਕ ਸੀ ਉਹਨਾਂ ਦੇ ਘਰ ਦੋ ਬੱਚੇ ਪੁੱਤਰ ਮਿਹਰਬਾਨ ਅਤੇ ਤੀ ਪੂਜਾ ਨੇ ਜਨਮ ਲਿਆ ਤੇ ਸ਼ਿਵ ਆਪਣੇ ਬੱਚਿਆਂ ਨੂੰ ਬੇहद ਪਿਆਰ ਕਰਦਾ ਸੀ ਸਨ 1968 ਵਿੱਚ ਸਟੇਟ ਬੈਂਕ ਆਫ ਇੰਡੀਆ ਦੇ ਮੁਲਾਜ਼ਮ ਵਜੋਂ ਚੰਡੀਗੜਾ ਆ ਗਿਆ ਉਸ ਤੋਂ ਬਾਅਦ ਚੰਡੀਗੜਾ ਆ ਕੇ ਸ਼ਿਵ ਨੇ ਬੈਂਕ ਦੀ ਨੌਕਰੀ ਵਿੱਚ ਕੋਈ ਦਿਲਚਸਪੀ ਨਾ ਵਿਖਾਈ ਤੇ ਉਹ 21 ਸੈਕਟਰ ਵਿੱਚ ਇੱਕ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਅਤੇ ਹਫ਼ਤੇ ਵਿੱਚ ਇੱਕ ਜਾਂ ਦੋ ਦਿਨ ਹੀ ਕੰਮ ਤੇ ਜਾਂਦਾ ਸ਼ਿਵ ਨੂੰ ਉਹਦੀ ਕਿਤਾਬ ਲੂਣਾ ਦੇ ਕਰਕੇ ਬਹੁਤ ਪ੍ਰਸਿੱਧੀ ਮਿਲੀ ਸ਼ਿਵ ਨੇ ਇੱਕ ਕਾਵ ਰਚਨਾ ਕਾਵਨਾਟਕ ਲੂਣਾ 1965 ਦੇ ਵਿੱਚ ਲਿਖਿਆ ਜਿਸ ਵਿੱਚ ਉਸਨੇ ਸੰਸਾਰ ਵਿੱਚ ਰਾਣੀ ਲੂਣਾ ਦੇ ਚਰਿੱਤਰ ਉੱਤੇ ਲਾਇਆ ਦਾਗ ਸਮਾਜ ਨੂੰ ਦੂਸਰੀ ਦੱਸਿਆ ਤੇ ਇਹ ਉਸਦੀ ਸ਼ਾਹਕਾਰ ਰਚਨਾ ਸੀ ਅਤੇ ਜਿਸ ਨੂੰ ਸਾਹਿਤਕ ਅਕਾਦਮੀ ਦੇ ਵੱਲੋਂ 1967 ਦੇ ਵਿੱਚ ਅਵਾਰਡ ਮਿਲਦਾ ਲੂਣਾ ਨੂੰ ਸ਼ਿਵ ਨੂੰ ਜੌਨ ਕੀਟਸ ਨਾਲ ਮਿਲਾਇਆ ਜਾਂਦਾ ਸੀ ਉਸ ਵਾਂਗ ਹੀ ਭਰੀ ਜਵਾਨੀ ਵਿੱਚ ਇਹ ਦੁਨੀਆ ਤੋਂ ਵਿਦਾ ਹੋ ਗਿਆ ਸ਼ਿਵ ਨੂੰ ਜੌਨ ਕੀਡਸ ਦੇ ਨਾਲ ਮਿਲਾਇਆ ਜਾਣ ਜੌਨ ਕੋ ਕੀਡਸ ਵੀ ਜਲਦੀ ਇਹ ਦੁਨੀਆ ਨੂੰ ਰੁਖਸਤ ਹੋ ਗਿਆ ਸੀ ਤੇ ਸ਼ਿਵ ਕੁਮਾਰ ਵੀ ਸ਼ਿਵ ਟੀਵੀ ਦੀ ਬਿਮਾਰੀ ਦੇ ਚੱਲਦਿਆਂ 6 ਮਈ 1973 ਰਾਤੀ 9 ਵਜੇ ਫਾਨੀ ਦੁਨੀਆ ਨਾਲ ਵਿਦਾ ਆ ਗਿਆ ਤੇ ਉਸ ਦੀਆਂ ਰਚਨਾਵਾਂ ਦੇ ਬਾਰੇ ਗੱਲ ਕਰੀਏ ਤਾਂ ਪੀੜਾਂ ਦਾ ਪਰਾਗਾ ਸਭ ਤੋਂ ਪਹਿਲਾਂ ਕਾਫ ਸਿੰਘ ਰੈ 1960 ਦੇ ਵਿੱਚ ਸ਼ਬਦਾਂ ਸ਼ਿਵ ਦਾ ਪੀੜਾਂ ਦਾ ਪਰਾਗਾ ਉਸ ਤੋਂ ਬਾਅਦ ਲਾਜਵੰਤੀ 1966 ਦੇ ਵਿੱਚ ਆਟੇ ਦੀਆਂ ਚੜੀਆਂ 1966 ਦੇ ਵਿੱਚ ਮੈਨੂੰ ਵਿਦਾ 1963 ਦੇ ਵਿੱਚ ਦਰਦਮੰਦਾਂ ਦੀਆਂ ਆਹੀ 1964 ਚ ਮਿਰਹਾ ਤੂ ਸੁਲਤਾਨ 1964 ਦੇ ਵਿੱਚ ਤੇ ਲੂਣਾ ਜਿਸ ਦੇ ਲਈ ਸਹਿਤ ਅਕਾਦਮੀ ਦਾ ਵਾਰਡ ਮਿਲਦਾ 1965 ਦੇ ਵਿੱਚ ਆਰਤੀ 1969 ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਜਨਮ ਸਤਾਪਦੀ ਦੇ ਸਾਲ ਦੇ ਵਿੱਚ ਮੈਂ ਤੇ ਮੈਂ 1970 ਦੇ ਵਿੱਚ ਚੁੱਪ ਦੀ ਆਵਾਜ਼ 2013 ਦੇ ਵਿੱਚ ਸ਼ਿਵ ਕੁਮਾਰ ਸੰਪੂਰਨ ਕਾਵ ਸੰਗ੍ਰਹਿ ਸ਼ਬਦਾਂ ਤੋਂ ਬਾਅਦ ਬਿਰਾ ਦਾ ਸੁਲਤਾਨ ਸ਼ੇਵ ਦੀਆਂ ਚੋਣਵੀਆਂ ਕਪਤਾਵਾਂ ਚੋਣਕਾਰ ਅਮਰਤਾ ਪ੍ਰੀਤਮ ਜਿਸ ਨੂੰ ਸਹਿਦ ਅਕਾਦਮੀ ਮਿਲਦਾ 1993 ਦੇ ਵਿੱਚ ਉਸ ਤੋਂ ਬਾਅਦ ਲੂਣਾ ਦਾ ਅੰਗਰੇਜ਼ੀ ਦੇ ਵਿੱਚ ਵੀ ਨਿਵਾਦ ਹੁੰਦਾ ਜਿਹੜਾ ਕਿ ਬੀ ਐਮ ਬੱਤਾਂ ਨੇ ਕੀਤਾ ਉਹਨੂੰ ਵੀ ਸਹਿਦ ਅਕਾਦਮੀ ਮਿਲਦਾ 2005 ਦੇ ਵਿੱਚ ਸ਼ਿਵ ਕੁਮਾਰ ਦੀ ਕਪਤਾ ਦੀ ਖਾਸੀਅਤ ਬਾਰੇ ਗੱਲ ਕਰੀ ਤਾਂ ਸ਼ਿਵ ਕੁਮਾਰ ਵੀ ਪ੍ਰੋਫੈਸਰ ਪੂਰਨ ਸਿੰਘ ਤਨੀਰਾਮ ਚਾਹਤ ਇੱਕ ਪ੍ਰੋਫੈਸਰ ਮੋਹਨ ਸਿੰਘ ਅਮਰਤਾ ਪ੍ਰੀਤਮ ਦੀ ਤਰ੍ਹਾਂ ਰੋਮਾਂਸਵਾਦੀ ਪ੍ਰਕਤੀਵਾਦੀ ਪ੍ਰਵਿਰਤੀ ਦਾ ਕਵੀ ਹੈ ਸ਼ੇਖਮਾਰ ਦੀ ਕਵਿਤਾ ਦਾ ਪ੍ਰধান ਵਿਸ਼ਾ ਪ੍ਰੀਤ ਤੋਂ ਉਪਜਿਆ ਵਿਸਾਦ ਵਿਰਹਾ ਹੈ ਤੇ ਉਸ ਤੋਂ ਬਾਅਦ ਜਿਵੇਂ ਉਹਦੀ ਕਵਿਤਾ ਕੀ ਮੈਂ ਕੰਡਿਆਲੀ ਥੋਰ ਬੇ ਸਚਨਾ ਉੱਗੀ ਕਿਤੇ ਕਰਾਹੀ ਨਾ ਕਿਸੇ ਮਾਲੀ ਸਿੰਜਿਆ ਮੈਨੂੰ ਨਾ ਕਿਸ ਸਿੰਜਣਾ ਚਾਹੀ ਕੰਡਿਆਲੀ ਥੋਰ ਪਹਿਲੇ ਕਾਵ ਸੰਗ੍ਰਹਿ ਦੇ ਵਿੱਚ ਸ਼ਾਮਲ ਲ ਕਪਤਾਗੀ ਕੰਡਿਆਲੀ ਥੋਰ ਭਾਵਕ ਪ੍ਰਵੇਗ ਵਿੱਚ ਲਿਖੀ ਗਈ ਸੁੰਦਰ ਪ੍ਰਤੀਕਾਤਮਿਕ ਕਪਤਾ ਹੈ ਜਿਸ ਵਿੱਚ ਪ੍ਰਕਿਰਤੀ ਤੇ ਸੰਸਕ੍ਰਿਤੀ ਦੀ ਸੁੰਦਰ ਰੂਪਕ ਮਾਲਾ ਦੁਆਰਾ ਕਵੀ ਨੇ ਆਪਣੀ ਬੇਦਨਾ ਦੇ ਕੁਰਣਾ ਵਿਸਵਰ ਨੂੰ ਪ੍ਰਸਤੁਤ ਕੀਤਾਗਾ ਸ਼ਿਵਦੀ ਕਪਤਾ ਜਿਆਤਰ ਪ੍ਰਗੀਤ ਕਾਵ ਰੂਪ ਵਿੱਚ ਲਿਖੀ ਗਈ ਹੈ ਜੋ ਕਿ ਆਤਮ ਆਤਮ ਕੇਂਦਰਿਤ ਹੁੰਦਾ ਤੇ ਜਿਸ ਵਿੱਚ ਮਨੁਦਸਾ ਦਾ ਚਿੱਤਰਣ ਕੀਤਾ ਜਾਂਦਾ ਹੈ ਪਰ ਗੀਤ ਕਾਵ ਰੂਪ ਦੇ ਵਿੱਚ ਜਿਵੇਂ ਸਰੋਧੀ ਕਾਵ ਵੀ ਕਹਿੰਦੇ ਨੇ ਪੱਠੀ ਵਾਲੀਏ ਤੇ ਮਿਰਚਾਂ ਦੇ ਪੱਤਰ ਪੱਠੀ ਵਾਲੀ ਦੀ ਮਿਰਚਾਂ ਦੇ ਪੱਤਰ ਵੀ ਦਿਲ ਨੂੰ ਧੂ ਪਾਉਣ ਵਾਲੀਆਂ ਕਵਤਾਂਵਾਂ ਨੇ ਜਿਨ੍ਹਾਂ ਦੀ ਲੋਕ ਸ਼ਬਦਾਵਲੀ ਬੜੀ ਪ੍ਰਭਾਵਸ਼ਾਲੀ ਰਹੀ ਹੈ ਲਾਜਵੰਤੀ ਵਿੱਚ ਉਸ ਨੇ ਕੁਝ ਆਸ਼ਾਵਾਦੀ ਪ੍ਰਤੀਤੂਨੀ ਉਤਪਨ ਕੀਤੀ ਹੈ ਤੇ ਮਾਏ ਨੀ ਮਾਏ ਮੇਰੇ ਗੀਤਾਂ ਦੇ ਨਹਿਣਾ ਵਿੱਚੋਂ ਵਿਰਾ ਦੀ ਰੜਕ ਪਵੇ ਵਰਗੇ ਸੁੰਦਰ ਤੇ ਮਧੁਰ ਗੀਤਾ ਰਹੀਂ ਸ਼ਿਵ ਦੀ ਪ੍ਰਤੀਕ ਮੇਂ ਸ਼ੈਲੀ ਲੋਕ ਸਵਾਰਾਂ ਨਾਲ ਇੱਕਸਰ ਹੋ ਗਈ ਹੈ। ਇਸ ਤੋਂ ਬਿਨਾਂ ਆਟੇ ਦੀਆਂ ਚਿੜੀਆਂ ਮੈਨੂੰ ਵਿਦਾ ਕਰੋ ਵਿਰਾ ਤੂੰ ਸੁਲਤਾਨ ਅਤੇ ਮੈਂ ਤੇ ਮੈਂ ਵਿੱਚ ਉਹ ਥੋੜਾ ਜਿਹਾ ਬੋਧਿਕ ਤੇ ਵਿਅੰਗਮਈ ਵੀ ਹੋ ਹੋ ਗਿਆ ਸੀ। ਆਟੇ ਦੀਆਂ ਚਿੜੀਆਂ ਮੈਨੂੰ ਵਿਦਾ ਕਰੋ ਵਿਰਾ ਤੂੰ ਸੁਲਤਾਨ ਤੇ ਮੈਂ ਤੇ ਮੈਂ ਵਿੱਚ ਸ਼ਿਵ ਕੋਲ ਸੁੰਦਰ ਸ਼ਬਦ ਚ ਆਉਣਾਗੀ। ਮੌਲੀ ਅਲੰਕਾਰਿਕ ਭੰਡਾਰਾ ਤੇ ਤੀਖਣ ਬਲਬਲਾ ਤੇ ਜਜਵਾਤੀ ਤੇ ਸੋਝਵਾਦੀ ਸ਼ੈਲੀ ਦੇ ਜਿਹੜੇ ਗੋਣੇ ਉਸ ਨੂੰ ਬਾਕੀਆਂ ਤੋਂ ਬਲੱਖਣ ਵੀ ਕਰਦੇ ਨੇ ਤੇ ਉਸ ਨੂੰ ਲੋਕਾਂ ਦੇ ਵਿੱਚ ਪ੍ਰਮਾਣਤ ਵੀ ਕਰਦੇ ਨੇ ਤੇ ਲੋਕ ਉਹਨਾਂ ਦੀ ਕਪਤਾਨ ਨੂੰ ਪਸੰਦ ਵੀ ਕਰਦੇ ਨੇ ਪਰ ਉਸ ਦੀ ਕਪਤਾ ਦਾ ਸਮੁੱਚਾ ਵਰਨ ਰੂਪ ਰੀਤੀਗਤ ਤੇ ਸ਼ਾਸਤਰੀ ਹੈ ਪਰ ਉਹ ਪਰੰਪਰਾ ਨੂੰ ਅੱਗੇ ਤੋਰਦਾ ਪੂ ਪ੍ਰੋਫੈਸਰ ਪੂਰਨ ਸਿੰਘ ਬਾਗ ਖੁੱਲੀ ਕਪਤਾਵਾਨ ਨਹੀਂ ਲੈ ਰਿਹਾ ਜਤਾ ਬਲਕਿ ਪ੍ਰਗਤੀ ਕਪਤਾਨ ਨੂੰ ਅੱਗੇ ਲੈ ਕੇ ਜਾਂਦਾਗਾ ਸਿਵਨੇ ਸਰੂਦੀ ਪ੍ਰਗਤੀਕ ਕਵਿਤਾ ਦੇ ਨਾਲ ਬਿਰਤਾਂਤੀ ਕਵਿਤਾ ਖੇਤਰ ਵਿੱਚ ਵੀ ਵਿਸ਼ੇਸ਼ ਪ੍ਰਸਿੱਧੀ ਪ੍ਰਾਪਤ ਕੀਤੀ ਉਸ ਦਾ ਮਹਾਕਾਬ ਲੂਣਾ ਪੂਰਨ ਭਗਤ ਦੀ ਪ੍ਰਸਿੱਧ ਕਹਾਣੀ ਦਾ ਰੂਪਾਂਤਰਨ ਹੈ ਜਿਹੜੀ ਪੂਰਨ ਭਗਤ ਦੀ ਜਿਹੜੀ ਪ੍ਰਸਿੱਧ ਕਹਾਣੀ ਸੀ ਉਸੇ ਦਾ ਰੂਪਾਂਤਰਨ ਹੈ ਮਹਾਕਾਬ ਲੂਣਾ ਉਸ ਨੇ ਰੂਪਾਂਤਰਨ ਕਰਕੇ ਲਿਖਿਆ ਸ਼ਿਵ ਕੁਮਾਰ ਨੇ ਜਿਸ ਵਿੱਚ ਉਸ ਨੇ ਲੂਣਾ ਨੂੰ નિર્ਦੋਸ਼ ਸਾਬਤ ਕੀਤਾਗਾ ਜਿਹੜਾ ਪਹਿਲਾਂ ਪਰੰਪਰਾ ਦੇ ਗੱਤ ਜਿਹੜੀ ਕਹਾਣੀ ਚੱਲੀ ਆ ਰਹੀ ਸੀ ਪੂਰਨ ਪੂਰਨ ਦੀ ਉਦੇ ਵਿੱਚ ਲੂਣਾ ਦੀ ਗੱਲ ਲੂਣਾ ਦੀ ਗੱਲ ਨਹੀਂ ਕੀਤੀ ਜਾਂਦੀ ਇੰਨੀ ਪੂਰਨ ਦੇ ਬਾਰੇ ਦੱਸਿਆ ਜਾਂਦਾ ਹੈਗਾ ਪ੍ਰੈਸ ਦੇ ਵਿੱਚ ਲੂਣਾ ਨੂੰ ਇੱਕ ਹਮਦਰਦੀ ਦਾ ਪਾਤਰ ਬਣਾਇਆ ਗਿਆ ਤੇ ਲੂਣਾ ਦੀ ਸਥਿਤੀ ਨੂੰ ਪੇਸ਼ ਕੀਤਾ ਲੂਣਾ ਕਵੀ ਮਨ ਦੀ ਆਧੁਨਿਕ ਚੇਤਨਾ ਤੇ ਫਰਾਇਡਵਾਦੀ ਪ੍ਰਵਾਹ ਮਾ ਥਲੇ ਉਸਰੀ ਹੋਈ ਰਚਨਾ ਹੈ ਸ਼ੇਖਮੁਹਾਰ ਦੇ ਉੱਤੇ ਇਸ ਸਮੇਂ ਤੱਕ ਆਧੁਨਿਕਤਾ ਦਾ ਪ੍ਰਭਾਵ ਵੀ ਨਜ਼ਰ ਆਉਣ ਲੱਗ ਜਾਂਦਾ ਤੇ ਫਰਾਇਡਵਾਦੀ ਪ੍ਰਭਾਵ ਵੀ ਜਿਹਦੇ ਤਹਿਤ ਲੂਣਾ ਦੇ ਵਿੱਚ ਉਹ ਲੂਣਾ ਦੀ ਸਥਿਤੀ ਨੂੰ ਪੇਸ਼ ਕਰਦਾ ਹੈਗਾ ਤੇ ਉਸ ਨੂੰ નિર્ਦੋਸ਼ ਸਾਬਤ ਕਰਦਾ ਮੈਂ ਤੇ ਮੈਂ ਵਿੱਚ ਸਿਰਫ ਤੇ ਅਸਤਿਤਵਵਾਦੀ ਦਰਸ਼ਨ ਦਾ ਪ੍ਰਭਾਵ ਨਜ਼ਰ ਆਉਂਦਾ ਤੇ ਅਲਵਿਦਾ ਤੇ ਸਾਗਰ ਕਣੀਆਂ ਅਲਵਿਦਾ ਤੇ ਸਾਗਰ ਤੇ ਕਣੀਆਂ ਜਿਹੜੇ ਦੋ ਕਾਵ ਸੰਗਰੇ ਨੇ ਉਸ ਦੀਆਂ ਰੀੜੀਓ ਲਈ ਲਿਖੀਆਂ ਗਈਆਂ ਕਪਤਾਵਾਂ ਤੇ ਗੀਤਾਂ ਗੀਤ ਸ਼ਾਮਲ ਨੇ ਇਸ ਕਾਵ ਇਨਾਂ ਕਾਵ ਸੰਗਰੇ ਦੇ ਵਿੱਚ ਉਹਨਾਂ ਨੂੰ ਮੌ ਉਸ ਦੀ ਮੌਤ ਤੋਂ ਪਿੱਛੋਂ ਸਾ ਪੈ ਗਿਆ ਸੀ ਸੋ ਇਹ ਸੀ ਸ਼ਿਵ ਕੁਮਾਰ ਬਟਾਲਵੀ ਦਾ ਜੀਵਨ ਤੇ ਉਸ ਦੀ ਕਪਤਾ ਦੇ ਬਾਰੇ ਸੰਖੇਪ ਦੇ ਵਿੱਚ ਗੱਲਬਾਤ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਆਪਣੇ ਸੁਝਾਅ ਜਰੂਰ ਦਿਓ ਤੇ ਲਾਈਕ ਤੇ ਕਮੈਂਟ ਵੀ ਕਰੋ ਤੇ ਸਾਡੀਆਂ ਆਉਣ ਵਾਲੀਆਂ ਵੀਡੀਓ